ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਇਸ ਤੋਂ ਪਹਿਲਾਂ ਆਪਾਂ ਨੇ ਗੁਰੂ ਕੀ ਬਾਣੀ ਦੇ ਵਿੱਚੋਂ ਔਰ ਵਾਰ ਦੇ ਵਿੱਚੋਂ ਹੁਕਮਨਾਮਾ ਕਿਵੇਂ ਲੈਣਾ ਹੈ, ਇਹ ਆਪਾਂ ਨੇ ਦੋ ਪਾਰਟ ਵਿੱਚ ਵੇਖਿਆ ਹੈ। ਹੁਣ ਆਪਾਂ ਨੇ ਤੀਸਰੇ ਨੰਬਰ 'ਤੇ ਵੇਖਣਾ ਵੀ ਭਗਤ ਬਾਣੀ ਵਿੱਚੋਂ ਹੁਕਮਨਾਮਾ ਲੈਣਾ ਹੋਵੇ ਤਾਂ ਫਿਰ ਆਪਾਂ ਨੇ ਕਿਵੇਂ ਲੈਣਾ, ਕਿੱਥੋਂ ਤੱਕ ਲੈਣਾ ਅਤੇ ਕੀ ਤਰੀਕਾ ਹੈ। ਸੋ ਆਪਾਂ ਸਾਰਿਆਂ ਨੇ ਧਿਆਨ ਦੇਣਾ ਕਿ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਸਾਨੂੰ ਹੁਕਮਨਾਮਾ ਲੈਣਾ ਵੀ ਆ ਜਾਏ ਅਤੇ ਸਾਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ। ਹੁਕਮਨਾਮਾ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਮੰਗਲਾਚਰਨ ਪੜ੍ਹਨਾ ਹੈ। ਜਿਹੜਾ ਵੀ ਸ਼ਬਦ ਸਾਨੂੰ ਆਉਂਦਾ ਹੋਵੇ, ਜੇ ਸ਼ਬਦ ਨਹੀਂ ਆਉਂਦਾ ਤਾਂ ਆਪਾਂ ਮੂਲ ਮੰਤਰ ਵੀ ਪੜ੍ਹ ਸਕਦੇ ਹਾਂ ਔਰ ਗੁਰਮੰਤਰ ਦਾ ਪਾਠ ਵੀ ਕਰ ਸਕਦੇ ਹਾਂ। ਸਤਨਾਮ ਵਾਹਿਗੁਰੂ ਸਾਹਿਬ ਜੀ। ਹੁਣ ਇਹ ਹੁਕਮਨਾਮਾ ਅਸੀਂ ਵੇਖਣਾ ਵੀ ਕਿੱਥੋਂ ਸ਼ੁਰੂ ਹੋ ਰਿਹਾ ਹੈ। ਤੁਹਾਨੂੰ ਸਫ਼ਾ ਪਲਟ ਕੇ ਪਿਛਲੇ ਪਾਸੇ ਜਾਣਾ ਪਏਗਾ। ਜਦੋਂ ਅਸੀਂ ਪਿੱਛੇ ਪਾਸੇ ਆਵਾਂਗੇ ਤਾਂ ਵੇਖਾਂਗੇ ਇੱਥੋਂ ਸ਼ੁਰੂ ਹੋ ਰਿਹਾ ਹੁਕਮਨਾਮਾ। ਸੂਹੀ ਜੋ ਦਿਨ ਆਵੈ ਸੋ ਦਿਨ ਜਾਗੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਕਹਿ ਕੰਪੀ ਚਲਨਾ, ਦੂਰ ਗਵਨ ਸ੍ਰੀ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਅਯਾਨਾ, ਤੈ ਜੀਵਨ ਜਗ ਸੱਚ ਕਰ ਜਾਨਾ, ਰਖਾਓ ਜਿਨ ਜੀਓ ਦੀਆ, ਸੂਰਜ ਕਿੰਬਰ ਆਵੈ ਸਭ ਕਟ ਪੀਤਰ ਖਾਟ ਚਲਾਵੈ, ਕਰ ਬੰਦਗੀ ਛਾਡ ਮੈਂ ਮੇਰਾ, ਹਿਰਦੈ ਨਾਮ ਸੰਹਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਤਵਾਰਾ, ਸਾਂਝ ਭਰੀ ਦਹ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਇੱਥੋਂ ਵੇਖੋ, ਸੂਹੀ ਤੋਂ ਭਾਵ ਹੈ ਰਾਗ, ਅਤੇ ਬਸ ਇਸ ਤੋਂ ਅੱਗੇ ਕੋਈ ਸਿਰਲੇਖ ਨਹੀਂ ਹੈ। ਜਦੋਂ ਅਸੀਂ ਸਭ ਤੋਂ ਅਖੀਰ ਵਿੱਚ ਜਾ ਕੇ ਪੜ੍ਹਦੇ ਹਾਂ ਅਤੇ ਭਗਤ ਜੀ ਦਾ ਨਾਮ ਆ ਗਿਆ ਰਵਿਦਾਸ ਜੀ, ਤੋਂ ਸਾਨੂੰ ਪਤਾ ਲੱਗ ਗਿਆ ਵੀ ਇਹ ਸੂਹੀ ਰਾਗ ਦੇ ਅੰਦਰ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ 793 ਅਤੇ 94 'ਤੇ ਜੋ ਹੁਕਮਨਾਮਾ ਆਇਆ ਹੈ, ਦੋ ਹੁਕਮਨਾਮੇ ਮੈਂ ਤੁਹਾਡੇ ਨਾਲ ਹੋਰ ਸਾਂਝੇ ਕਰਾਂ ਜਿੱਥੇ ਕਿ ਸਾਨੂੰ ਪਤਾ ਲੱਗੇਗਾ ਇਹ ਹੁਕਮਨਾਮਾ ਕਿਵੇਂ ਲੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਆਹ ਪਾਵਨ ਸਰੂਪ ਨੂੰ ਖੋਲ੍ਹਿਆ, ਹੁਣ ਇਹ ਹੁਕਮਨਾਮਾ ਇੱਥੋਂ ਸ਼ੁਰੂ ਹੋ ਰਿਹਾ। ਹੁਣ ਇਹ ਸਾਨੂੰ ਪਤਾ ਨਹੀਂ ਕਿਉਂ ਕਿਤੇ ਕੋਈ ਸਿਰਲੇਖ ਨਜ਼ਰ ਨਹੀਂ ਆ ਰਿਹਾ ਜੀ, ਕਿਤੇ ਤੁਸੀਂ ਜ਼ਰਾ ਧਿਆਨ ਨਾਲ ਵੇਖੋਗੇ ਅਤੇ ਹੁਕਮਨਾਮਾ ਕਿੱਥੋਂ ਲੈਣਾ। ਹੁਣ ਅਸੀਂ ਮੰਗਲਾਚਰਨ ਪੜ੍ਹ ਰਹੇ ਹਾਂ ਸਤਨਾਮ ਵਾਹਿਗੁਰੂ ਜੀ। ਜਿੰਨੀ ਦੇਰ ਮੈਂ ਮੰਗਲਾਚਰਨ ਪੜ੍ਹਨਾ, ਮੈਂ ਨਾਲ ਇਹ ਦੇਖਣਾ ਵੀ ਹੁਕਮਨਾਮਾ ਕਿੱਥੇ ਸ਼ੁਰੂ ਹੋਣਾ। ਹੁਣ ਜਦੋਂ ਵੀ ਭਗਤ ਬਾਣੀ ਦਾ ਹੁਕਮਨਾਮਾ ਲੈਣਾ ਹੈ, ਗੁਰੂ ਸਾਹਿਬ ਜੀ ਨੇ ਸਿਰਲੇਖ ਇੱਕ ਥਾਂ 'ਤੇ ਦਿੱਤਾ। ਆ ਇੱਧਰਲੇ ਪਾਸੇ ਥੋੜ੍ਹਾ ਜਿਹਾ ਕਰੋ, ਦੇਖੋ ਜੀ, ਧਨਾਤਰੀ ਬਾਣੀ ਭਗਤ ਨਾਮਦੇਵ ਜੀ ਕੀ ਸਿਰਲੇਖ, ਸਤਿਗੁਰੂ ਜੀ ਨੇ ਇੱਕੋ ਥਾਂ 'ਤੇ ਦੇ ਦਿੱਤਾ। ਹੁਣ ਇਹ ਸਾਰਾ ਸ਼ਬਦ ਇੱਥੋਂ ਤੁਰਦਾ ਆ ਰਿਹਾ। ਅਸੀਂ ਇੱਥੇ ਵੇਖਣਾ ਗੁਰੂ ਸਾਹਿਬ ਜੀ ਨੇ ਨੰਬਰ ਪਾਏ ਹੋਏ ਨੇ, ਦੇਖੋ ਜੀ, ਆ 5 ਪਾਇਆ ਹੋਇਆ, ਫਿਰ ਪੂਰਨ ਬ੍ਰਹਮ ਪਾ ਕੇ 3 ਪਾ ਕੇ ਫਿਰ ਗੁਰੂ ਸਾਹਿਬ ਜੀ ਨੇ ਬੰਦ ਕਰ ਦਿੱਤਾ ਪਹਿਰਾ। ਪਿਛਲਾ ਸ਼ਬਦ ਜਿਹੜਾ ਉਹ ਸਮਾਪਤ ਹੋ ਰਿਹਾ, ਸਾਧਕ ਸਿੱਧ ਸਗਲ ਮੁਨ ਚਾਹੇ, ਬਿਰਲੇ ਕਾਹੂੰ ਡੀਠਲਾ, ਸਗਲ ਪਵਣ ਤੇਰੋ ਨਾਮ ਬਾਲਕਾ, ਤੂੰ ਨਾਮੇ ਮਨ ਬੀਠਲਾ। ਇਹ ਦੇਖੋ ਇੱਥੇ ਸ਼ਬਦ ਸਮਾਪਤ ਹੋ ਰਿਹਾ, ਤੀਸਰਾ, ਇੱਥੋਂ ਅੱਗੇ ਸ਼ਬਦ ਸ਼ੁਰੂ ਹੋ ਰਿਹਾ। ਅਸੀਂ ਇੱਥੋਂ ਹੁਕਮਨਾਮਾ ਸ਼ੁਰੂ ਕਰਨਾ, ਪਹਿਲ ਪੁਰੀਏ ਪੁਨਰ ਕਮਨਾ, ਤਾਤੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸਾ ਬਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਰਾਖਾਉ ਨਾਚੰਤੀ ਗੋਪੀ ਜਨਾ, ਨਈਆ ਤੇ ਮੈਰੇ ਕੰਨਾ, ਤਰਕ ਨਾਚਾ ਭਰਮੀਆਂ ਚਾ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾ, ਪਰਮ ਪਰਮ ਆਏ ਤੁਮ ਚੇ ਦੁਆਰਾ, ਤੂੰ ਕੁੰਦਰੇ ਮੈਂ ਜੀ ਨਾਮਾ ਖੋਜੀ, ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਦੇਖੋ ਨਾਮਦੇਵ ਜੀ ਦਾ ਨਾਮ ਆ ਗਿਆ, ਅਤੇ ਇੱਥੇ ਆ ਕੇ ਸ਼ਬਦ ਸਮਾਪਤ ਹੋ ਗਿਆ। ਗੁਰੂ ਸਾਹਿਬ ਜੀ ਨੇ 3 ਪਾ ਕੇ ਫਿਰ ਪੂਰਨ ਵਿਰਾਮ ਪਾ ਕੇ ਫਿਰ ਅੰਕ 4 ਪਾਏ ਅਤੇ ਫਿਰ ਪੂਰਨ ਵਿਰਾਮ ਪਾ ਦਿੱਤਾ, ਭਾਵ ਕਿ ਇਹ ਚੌਥਾ ਸ਼ਬਦ ਇੱਥੇ ਸਮਾਪਤ ਹੋ ਗਿਆ। ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਅਤੇ ਅਸੀਂ ਨਾਲ ਹੀ ਪੜ੍ਹ ਦਿੰਦੇ, ਪਤਿਤ ਪਾਵਨ ਮਾਧੋ ਬਿਰਧ ਤੇਰਾ, ਤਨ ਤੇ ਵੈ ਮੁਨ ਜਨ ਜਿੰਤੇ ਆਇਓ ਹਰ ਪਰ ਮੇਰਾ, ਮੇਰੇ ਮਾਥੇ ਲਾਗੀ ਲੇ ਤੂਰ ਗੋਬਿੰਦ ਚਰਨਨ ਕੀ, ਸੁਰ ਨਰ ਮੁਨ ਜਨ ਤੈਨੂੰ ਤੇ ਦੂਰ, ਰਹਾਓ ਦੀਨ ਕਾ ਦਿਆਲ ਮਾਧੋ ਗਰਭ ਪ੍ਰਖਾਰੀ, ਚਰਨ ਸਰਨਾਮਾ ਬਲ ਤਿਹਾਰੀ। ਇਹ ਵੱਖਰਾ ਸ਼ਬਦ ਹੈ, ਸੋ ਅਸੀਂ ਉੱਥੇ ਤੱਕ ਹੀ ਸ਼ਬਦ ਪੜ੍ਹਨਾ ਹੈ। ਅਤੇ ਜਦੋਂ ਵੀ ਭਗਤ ਬਾਣੀ ਵਿੱਚੋਂ ਹੁਕਮਨਾਮਾ ਆਏਗਾ ਉਹਦਾ ਸਾਨੂੰ ਕੋਈ ਸਿਰਲੇਖ ਨਹੀਂ ਮਿਲਣਾ ਇੱਥੋਂ।
ਇਸ ਕਰਕੇ ਸਾਨੂੰ ਦੇਖਣਾ ਪਏਗਾ ਵੀ ਪਿਛਲਾ ਸ਼ਬਦ ਕਿੱਥੇ ਸਮਾਪਤ ਹੋ ਰਿਹਾ ਔਰ ਅਗਲਾ ਸ਼ਬਦ ਕਿੱਥੋਂ ਸ਼ੁਰੂ ਹੋ ਰਿਹਾ। ਨਾਲ ਹੀ ਮੈਂ ਇੱਕ ਤੁਹਾਨੂੰ ਹੋਰ ਇੱਧਰਲੇ ਪਾਸੇ ਦਿਖਾਉਂਦਾ, ਆਹ ਜਦੋਂ ਅਸੀਂ ਸ਼ਬਦ ਪੜ੍ਹ ਕੇ ਇੱਧਰਲੇ ਪਾਸੇ ਆਉਂਦੇ ਹਾਂ, ਵੇਖੋ ਇਹ ਹੁਣ ਸਿਰਲੇਖ ਕਿੱਥੋਂ ਸ਼ੁਰੂ ਹੋ ਰਿਹਾ। ਰਾਗ ਧਨਾਤਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੁਰ ਮਰਮ ਨ ਜਾਨਾ ਸੰਤ ਸੰਗਤ ਰਾਮ ਰਿਤੈ ਬਸਾ ਈਰਾ ਕਾਉ ਹਨੁਮਾਨ ਸਰਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹਿ ਕਬੀਰ ਸੋ ਪਾਰ ਮੈਂ ਨਾਹੀ ਪਗ ਲਗ ਰਾਮ ਰਹਿ ਸ਼ਰ ਨਾਹੀ। ਇੱਥੇ ਵੇਖੋ ਚਾਰ ਪਾਇਆ ਗੁਰੂ ਸਾਹਿਬ ਜੀ ਨੇ, ਭਾਵ ਕਿ ਇਹ ਜਿਹੜਾ ਸ਼ਬਦ ਹੈ ਇਹਦੇ ਚਾਰ ਪਦੇ ਨੇ ਖਤਮ ਹੋ ਗਿਆ। ਨਾਲ ਹੀ ਗੁਰੂ ਸਾਹਿਬ ਜੀ ਨੇ ਇੱਕ ਅੰਕ ਪਾਇਆ, ਭਾਵ ਕਿ ਇਹ ਜਿਹੜਾ ਸ਼ਬਦ ਹੈ ਤਨਾਤੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਦੀ ਬਾਣੀ ਦਾ ਪਹਿਲਾ ਸ਼ਬਦ ਹੈ। ਫਿਰ ਤੁਸੀਂ ਜਿਵੇਂ ਜਿਵੇਂ ਅੱਗੇ ਪੜ੍ਹਦੇ ਜਾਓਗੇ, ਸਤਿਗੁਰੂ ਪਾਤਸ਼ਾਹ ਜੀ ਨੇ ਨਾਲ ਨਾਲ ਗਿਣਤੀ ਕੀਤੀ ਹੋਈ ਹੈ। ਆਹ ਤੁਸੀਂ ਵੇਖੋ ਥੱਲੇ ਆ ਕੇ ਗੁਰੂ ਸਾਹਿਬ ਜੀ ਨੇ ਪੰਜ ਪਾਇਆ ਨਾ ਜੀ, ਇਹ ਤਨਾਤਰੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਪੰਜ ਸ਼ਬਦ ਹੋ ਗਏ, ਇੱਥੇ ਆ ਕੇ ਪੰਜਵਾਂ ਸ਼ਬਦ ਸਮਾਪਤ ਹੋ ਗਿਆ। ਤੋ ਇਸ ਤਰੀਕੇ ਦੇ ਨਾਲ ਅਸੀਂ ਭਗਤ ਬਾਣੀ ਦੇ ਵਿੱਚੋਂ ਹੁਕਮਨਾਮਾ ਲੈਣਾ ਹੈ ਔਰ ਅਸੀਂ ਲਾਹਾ ਪ੍ਰਾਪਤ ਕਰਨਾ ਹੈ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਜੀ।